ਮਨਤ ਮੰਗੀ ਹੈ ਪਰ ਕੋਈ ਨਹੀਂ ਡਾਕਟਰ ਆਖੇ ਨਹੀਂ ਹੁਣ ਚਲੋ ਹਾਂ ਅੱਲਾ ਤੇ ਪਤਾ ਨਹੀਂ ਹੁਣ ਉਹ ਜਣਾ ਕੇ ਬਖੁਸ਼ ਜਣਾ ਨਾਲ ਹਾਂ ਆ ਤਾਂ ਉਹਦਾ ਚ ਕੋਈ ਨਾ ਹੋਰ ਸੁਣਾ ਸਕੀਨ ਨਾ ਤੂੰ ਕੋ ਤਾ ਕੋ ਤਾ ਕੀ ਹੈ ਹੋਰ ਸੁਣਾ ਸਕੀਨ ਜਿਹੜੀ ਤੇ ਤੋਬਾ ਦਾ ਬੜਾ ਸੋ ਸਹੀ ਘੰਟਾ ਉੱਠਣ ਲੱਗੀਆਂ ਤੇ ਉਹ ਸੁੱਕੀ ਜਿਹੀ ਮਠਾਈ ਗਈ ਹਾਂ ਮੈਂ ਨਹੀਂ ਜੀ ਕਿ ਹੈ ਕੋਸ ਨੇ ਬੜਾ ਕੋ ਖੁਸ਼ੀ ਆ ਗਿਆ ਮੇਰੇ ਘਰ ਪਤਾ ਨਹੀਂ ਪਤਾ ਜਣਾ ਉਹਦੇ ਜਾ ਸਤੇ ਘਰ ਬੇਟ ਤੇ ਜਾ ਸਤੇ ਘਰ ਬੇਟ ਤੇ ਬਤਾ ਮੈਂ ਬੇਟ ਹੋਇਆ ਹਾਂ ਤੇ ਗਈ ਆ ਤਾਂ ਅੱਗੇ ਖੁਸ਼ ਰਿਹਾ ਆ ਤੋਂ ਗਾਣਾ ਲਾਇਆ ਵਾ ਹੋਰ ਸੁਣਾ ਸਕੀਨ ਉਹ ਕੋ ਤੱਕ ਉਹ ਤੱਕ ਨਹੀਂ ਹੈ ਹੋਰ ਸੁਣਾ ਸਕੀਨ ਮੇਰਾ ਪੋਤਰ ਹੋਇਆ ਤੇ 200 ਰੁਪਈਆ ਦੇ ਗਈ ਮੈਂ 200 ਦੇ ਆਈਆਂ ਬਈ ਸਾਡੀ ਦਾ ਆਪਾ ਸਿੱਧੀ ਜੀ ਗੱਲ ਹੈ ਹਾਂਜੀ ਤੇ ਐਡਾ ਕੋਈ ਚਾਹੀਏ ਨਾ ਤੇ ਇਸ ਨਾਲ ਬੈਂਗਣ ਦੋ ਗੱਲ ਕਿ ਦੋ ਵਾਰ ਚੰਦ ਮੈਂ ਜੀ ਉਹ ਤੱਕਦਾ ਨਹੀਂ ਕਿ ਫਿਰ ਇਮਾਨ ਇਤਨਾ ਹੀ ਹੋਣਾ ਅੱਛਾ ਸਾਰੀਆਂ ਗੱਲਾਂ ਚੋਂ ਜਿਹੜੀ ਉਸਰੇ ਤੇ ਨਾਨ ਚੀਨੀਆਂ ਤੇ ਸੂਟ ਕਮਰਿਆਂ ਦੇ ਤੇ ਦੁਪੱਟੇ ਤੇ ਉਹ ਅੰਦਰੋਂ ਉਹ ਜਣਾ ਨਿਕਲਿਆ ਤਾਂ ਸਾਮ 1000 ਰੁਪਈਆ ਕੋ ਬਾਹਰ ਕਦਾ ਦੇ ਰਿਹਾ ਇਹ ਜੇ ਬੱਚੇ ਦੇ ਸਦਕਾ ਦੇਣਾ ਚਾਹੀਦਾ ਤੇ ਜਣਾ 1000 ਰੁਪਈਆ ਸੰਦੂਕੜੀ ਚਾਹ ਖੜੀ ਸਕੂਟਰਾਂ ਦੀ ਚਾਹ ਵੀ ਮੰਗਦੇ ਆ ਨੀ ਜਿਹੜੇ ਜਣੇ ਆ ਤਾਂ ਚਾਹ ਵੀ ਮੈਂ ਕੋਈ ਨਹੀਂ ਦੇ ਰਹੀ ਤੈਨ ਕੋਈ ਨਹੀਂ ਪਤਾ ਹਾਏ ਹੁਣ ਤੂੰ ਵੀ ਦੇ ਸੈਨੀ ਮੈਂ ਤਾਂ ਸਮਾਂ ਲੈ ਦੀ ਪੋਨੀਆਂ ਪਰ ਮੈਂ ਤਾਂ ਗਈ ਆ ਸ਼ੋਦੀ ਰੋ ਕਰਤੇ ਰੋ ਮੈਂ ਆਖੇ ਹਾਈ ਮੇਰੇ ਦਾ ਹਮਾਰਾ ਜਣਾ ਕੁਛ ਨਾ ਰਾ ਮੈਂ ਆਖੇ ਇਨਾ ਅੱਖ ਵੱਲਾ ਹੋਰ ਦੇਸੀ ਪਰ ਇਹਨਾਂ ਨੂੰ ਲੈਨੇ ਹਾਏ ਮਾਸ਼ਾਅੱਲਾ ਮੇਰੇ ਪੁੱਤਰ ਨੇ ਦੁਬਈ ਉਹ ਆ ਰਹੀ ਨਾ ਵਾਪਸ ਅੱਲਾਹ ਹਾਏ ਕੈਸੀ ਮੈਂ ਕੁਝ ਤੱਕ ਬੋਲਣਾ ਤੂੰ ਮਿਲਣਾ ਨਹੀਂ ਨੇ ਆਈ ਮੇਰੇ ਪੁੱਤਰੇ ਹਾਏ ਮੈਂ ਬੈਣੂ ਕੋ ਨਹੀਂ ਕਸ ਮੈਲੇ ਦੀ ਪਤਾ ਤੇ ਹੁਣ ਤੁਸੀਂ ਦੱਸਿਆ ਤੇ ਮੈਨੂੰ ਪਤਾ ਲੱਗਾ ਤੇ ਇੱਕ ਤਾਂ ਤੂੰ ਫਿਰ ਕਿਉਂ ਨਾ ਆਈ ਸੋਹਣੇ ਸੈਂਟ ਆਂਦੇ ਆ ਸੂ ਸਾਰੀਆਂ ਲਾ ਲਾ ਕੇ ਸੈਂਟ ਵਿਖ ਤੇਰੇ ਕੰਨ ਮੈਂ ਰੱਖੇ ਵਾ ਆ ਵੀ ਤੂੰ ਮੈਂ ਤਾਂ ਦੇ ਸਾਂ ਸੈਂਟ ਵੀ ਅੱਲਾ ਕਰੀਮਾਂ ਵੀ ਆਣੀਆਂ ਸੇਂ ਸੋਹਣੀਆਂ ਲਾਲ ਵੇ ਜਿਨੇ ਮੇਰਾ ਮੂੰਹ ਕੀਕਣ ਹੋਇਆ ਵੈਂਦਾ ਹਾਏ ਤੋ ਬਾਅਦ ਮੈਂ ਜਿਹੜੀ ਕਰੀਮ ਲੈਣੀ ਆ ਉਹ ਕਿਤੇ ਵੈਸੀ ਤੇ ਫਿਰ ਉਹ ਵੀ ਲਾਈ ਰੱਖੀ ਨਾ ਵੇ ਜਿਨੇ ਅੱਗੇ ਮੈਂ ਮੂੰਹ ਬਲ ਕੀਕਣ ਆਇਆ ਹਾਏ ਜੀ ਆਏ ਜੀ ਜਿਕਣ ਨਾਲ ਪੈਰ ਭਰੇ ਤਾਂ ਹੁਣ ਵੇ ਇੱਕ ਮਾਸ਼ਾਅੱਲਾ ਜੀ ਜਿੰਨਾ ਦਾ ਟੋਟਾ ਨਾ ਆਪਣੇ ਲੱਗ ਗਿਆ ਜੀ ਪਤਾ ਲੱਗੀ ਰਿਐਕਸ਼ਨ ਸਿਰ ਤਾਂ ਆਇ ਖਲੋਤੇ ਨੇ ਕਦੋਂ ਨਹੀਂ ਨੇ ਹਾਏ 8 ਤਰੀਕ ਰਿਐਕਸ਼ਨ ਦੀ ਨਾ ਹਾਂ
ਸੁਣਿਆ 10 ਸਾਲ ਕੈਦ ਨੀ ਗੈਸ ਦਾ ਬਿੱਲ ਇਤਨਾ ਆਇਆ, ਪਾਣੀਆਂ ਦਾ ਆਇਆ, ਫਿਰ ਬਿਜਲੀ ਦਾ ਉਹਨੇ ਚੜਾ ਬਣਾ ਕੇ ਸਵਾਬੇ ਦਾ ਕੰਮ ਹੈ।